ਮੇਰੀ 50 ਸਾਲ ਉਮਰ, ਐਡੀ ਐਡੀ ਬੱਚੀਆਂ ਨੇ, ਕੋਈ 9-10 ਸਾਲ ਦੀ ਹੋਵੇ, ਕਿੱਥੇ ਇੱਥੇ ਉਮਰ ਹੈਗੀ ਉਹਨਾਂ ਦੀ? ਕੀ ਨਾਂ? ਕੀ ਨਾਂ ਉਹਨਾਂ ਦੇ? ਇੱਕ ਦਾ ਨਾਂ ਆਇਸ਼ਾ ਹੈਗਾ, ਇੱਕ ਦਾ ਨਾਂ ਆਪਦਾ ਪ੍ਰਵੀਨ ਹੈ। ਇੱਕ ਦਾ ਨਾਂ ਆਇਸ਼ਾ, ਦੂਸਰੇ ਦਾ ਆਪਦਾ ਪ੍ਰਵੀਨ। ਆਪਦਾ ਪ੍ਰਵੀਨ, ਹਾਂਜੀ। ਤੇ ਸਕੂਲ ਪੜ੍ਹਾ ਰਹੇ ਉਹਨਾਂ ਨੂੰ? ਨਹੀਂ ਜੀ, ਝੂਠ ਬੋਲੀ ਚ ਨਹੀਂ। ਸਕੂਲ ਗਈਆਂ ਹੀ ਨਹੀਂ ਬਿਲਕੁਲ? ਨਹੀਂ ਨਹੀਂ। ਅਭੀ ਬੇਬੀ ਫੋਤ ਹੋਈ ਨੂੰ 10-12 ਸਾਲ ਹੋ ਗਏ। 10-12 ਸਾਲ ਹੋ ਗਏ ਨੇ। 10-12 ਸਾਲ ਤੁਹਾਡੀ ਬੀਵੀ ਫੋਤ ਹੋਈ ਨੂੰ ਹੋ ਗਏ ਨੇ, ਤੇ 12 ਸਾਲ 8-9 ਸਾਲ ਦੀਆਂ ਤੁਹਾਡੀਆਂ ਬੱਚੀਆਂ ਨੇ, 10 ਸਾਲ ਦੀਆਂ? ਹਾਂਜੀ, ਛੋਟੀਆਂ ਛੋਟੀਆਂ ਹੈਗੀਆਂ, ਹੁਣ ਤਾਂ ਕਾਫੀ ਉਮਰ ਹੋ ਗਈ ਜੀ, ਸਮਝ ਨਹੀਂ ਆ ਰਹੀ। ਯਾਨੀ ਕਿ 12 ਸਾਲ ਮੇਰੀ ਬੀਵੀ ਨੂੰ ਫੋਤ ਹੋ ਗਏ ਨੇ, ਠੀਕ ਹੈ ਜੀ। ਅੱਗੇ ਬੱਚਿਆਂ ਦੀ ਉਮਰ ਲਾ ਲਓ ਵੀ 10, ਉਹੀ 9-10 ਸਾਲ ਹੀ ਹੋ ਗਏ ਉਮਰ, ਯਾਨੀ ਕਿ 12 ਸਾਲ ਉਮਰ ਹੋ ਗਈ ਉਹਨਾਂ ਦੀ, ਛੋਟੀਆਂ ਛੋਟੀਆਂ ਬੱਚੀਆਂ ਨੇ ਉਹ। ਅੱਜ ਕੱਲ੍ਹ 12 ਸਾਲ ਪਹਿਲੇ ਅਗਰ ਬੀਵੀ ਫੋਤ ਹੋ ਜਾਵੇ ਨਾ, ਤਾਂ ਫੋਤ ਹੋਣ ਤੋਂ ਬਾਅਦ ਬੱਚੇ ਪੈਦਾ ਨਹੀਂ ਜੀ ਹੁੰਦੇ? ਨਾਮਨਿਕਮ ਨਾਜ਼ਰ ਆਪਕਾ ਮੇਜ਼ਬਾਨ ਅਨਵਰ ਰਹਿਮਾਨ, ਆਪਕੀ ਖਿਦਮਤ ਮੇਂ ਹਾਜ਼ਰ ਹੈ, ਔਰ ਆਪ ਦੇਖ ਰਹੇ ਹੈ ਲਾਹੌਰ 42। ਇਸ ਵਕਤ ਮੇਰੇ ਸਾਥ ਇੱਕ ਬਜ਼ੁਰਗ ਮੌਜੂਦ ਹੈ, ਰੋਡ ਕੇ ਕਿਨਾਰੇ ਗੁਜ਼ਰ ਰਹੇ ਥੇ, ਤੋ ਇਹ ਸੜਕ ਪੇ ਬੈਠੇ, ਸਰ ਪਕੜ ਕੇ ਬੈਠੇ ਹੋਏ ਹੈ ਜਨਾਬ, ਔਰ ਅਜੀਬੋ ਗਰੀਬ ਹਾਲਤ ਹੈ, ਕਿਆ ਕਹਾਣੀ ਹੈ ਇਨੀ ਸੇ ਜਾਣਤੇ ਹੈਂ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ ਸਰ? ਬਸ ਅੱਲਾਹ ਦਾ ਸ਼ੁਕਰ ਹੈ ਜੀ, ਅੱਲਾਹ ਦਾ ਸ਼ੁਕਰ ਹੈ। ਮਿਹਨਤ ਮਜ਼ਦੂਰੀ ਨਹੀਂ ਹੈਗੀ, ਕੰਮ ਧੰਦਾ ਹੈ ਕੋਈ ਨਹੀਂ। ਕੀ ਨਾਂ ਜੀ ਆਪਣਾ? ਗੁਲਾਮ ਮਨਜ਼ੂਰ। ਗੁਲਾਮ ਮਨਜ਼ੂਰ? ਮਨਜ਼ੂਰ। ਗੁਲਾਮ ਮਨਜ਼ੂਰ ਸਾਹਿਬ ਕਿੱਥੇ ਦੇ ਰਿਹਾ ਸੀ ਉਹ? ਅਸੀਂ ਅੱਜ ਚੁੰਗੀ ਤੇ ਰਹਿੰਦੇ। ਚੁੰਗੀ ਤੇ ਰਹਿੰਦੇ? ਹਾਂਜੀ। ਮੈਂ ਕੀ ਕੰਮ ਕਰ ਕੇ ਕਰਦੇ? ਮੈਂ ਦਿਹਾੜੀ ਦੱਪਾ ਲੱਗਦਾ ਹੀ ਕੋਈ ਨਹੀਂ ਗਾ ਜੀ। ਕੀ ਕੰਮ ਕਰਦੇ? ਦਿਹਾੜੀ ਦੱਪਾ। ਦਿਹਾੜੀ ਦੱਪਾ ਕਾਹਦੇ ਨਾਲ? ਮਿਸਤਰੀਆਂ ਮਿਸਤਰੀਆਂ ਦੇ ਮਗਰ ਤੇ ਦਿਹਾੜੀ ਮਿਸਤਰੀਆਂ ਦਾ ਨਾਮ ਮਜ਼ਦੂਰੀ? ਹਾਂਜੀ। ਤੇ ਕਿੰਨਾ ਅਰਸਾ ਹੋ ਗਿਆ ਕਰ ਰਹੇ ਹੋ? ਕੋਈ ਕਰੀਬਨ 30-40 ਸਾਲ ਹੋ ਗਏ। 30-40 ਸਾਲ ਹੋ ਗਏ ਮਿਸਤਰੀਆਂ ਨਾਲ ਮਜ਼ਦੂਰੀ ਕੀਤੀ? ਹਾਂਜੀ। ਮਿਸਤਰੀਆਂ ਦਾ ਕੰਮ ਨਹੀਂ ਆਉਂਦਾ? ਹੁਣ ਨਹੀਂ ਆਉਂਦਾ ਜੀ, ਮਜ਼ਦੂਰੀ ਸਿਰਫ ਕਰਦੇ ਸੀ, ਹੁਣ ਹੁੰਦਾ ਹੀ ਨਹੀਂ, ਕੀ ਕਰੀਏ? ਕੰਮ ਸਿੱਖਿਆ ਹੀ ਨਹੀਂ ਆ, ਹੁੰਦਾ ਹੀ ਨਹੀਂ। ਸਿੱਖਿਆ ਹੀ ਕੋਈ ਨਹੀਂ? ਸਿੱਖਿਆ ਹੀ ਕੋਈ ਨਹੀਂ? ਹਾਂਜੀ। ਸਾਰੇ ਜਿਹੜੇ ਕਿ ਮਜ਼ਦੂਰੀ ਕੀਤੀ? ਮਜ਼ਦੂਰੀ ਕੀਤੀ ਜੀ। ਤੇ ਹੁਣ ਕੰਮ ਨਹੀਂ ਚੱਲਦਾ? ਨਹੀਂ ਜੀ, ਚੱਲ। ਕਿਉਂ? ਬਸ ਕਹਿੰਦੇ ਜੀ ਕੰਮ ਹੈ ਨਹੀਂ, ਕੱਲ੍ਹ ਆ ਜਾਣਾ, ਪਰਸੋਂ ਆ ਜਾਣਾ, ਫਿਰ ਮਜਬੂਰਨ ਇੱਥੇ ਬਹਿ ਜਾਂਦੇ, ਕੋਈ ਦੇ ਜਾਂਦਾ ਕੋਈ ਨਹੀਂ ਦੇ ਜਾਂਦਾ, ਉਹਨਾਂ ਦੀ ਮਰਜ਼ੀ। ਅੱਛਾ, ਫੁੱਟਪਾਥ ਹੀ ਬੰਦੇ ਹੋ? ਹਾਂਜੀ, ਕਦੀ ਕਦੀ ਇੱਥੇ ਆ ਜਾਈਦੇ, ਕਦੀ ਅੱਡੇ 'ਤੇ ਚਲੇ ਜਾਈਦੇ। ਅੱਡੇ ਦੇ ਕਿੱਥੇ? ਇਹ ਮਜ਼ਦੂਰਾਂ ਵਾਲੇ ਅੱਡੇ 'ਤੇ। ਉੱਥੇ ਕਰਦੇ? ਉੱਥੇ ਦਿਹਾੜੀ ਤਾਂ ਵੇਖਦੇ, ਜੇ ਲੱਗ ਜਾਏ ਤਾਂ ਠੀਕ, ਨਹੀਂ ਤਾਂ ਦਿਹਾੜੀ ਦਿੰਦੇ ਨਹੀਂ ਇੱਕ ਮੰਗਦੇ। ਮੈਂ ਵੈਸੇ ਕਈ ਦਿਨਾਂ ਤੋਂ ਗੁਜ਼ਰਦਿਆਂ ਤੁਹਾਨੂੰ ਵੇਖਦਾ ਕਿ ਤੁਸੀਂ ਇੱਥੇ ਬੈਠੇ ਹੋ। ਹਾਂਜੀ, ਇੱਥੇ ਬੈਠਾ। ਇੱਥੇ ਬਹਿੰਦੇ ਹੋ? ਹਾਂਜੀ, ਇੱਥੇ ਬੈਠੇ। ਕੀ ਸੋਚ ਕੇ ਬਹਿੰਦੇ ਹੋ? ਅੱਲਾ ਤੋਕਲ ਬਹਿ ਜੇ, ਅੱਲਾ ਕੋਈ ਦੇ ਦੇਗਾ, ਕੋਈ ਅੱਲਾ ਦਾ ਨੇਕ ਬੰਦਾ ਆ ਜਾਏ, ਕੋਈ ਮਦਦ ਕਰ ਜਾਏਗਾ, ਬਸ ਇਹ ਆਸ ਹੁੰਦੀ ਅੱਲਾ 'ਤੇ। ਸ਼ਾਦੀ ਸ਼ੁਦਾ ਹੋ? ਹਾਂਜੀ। ਕਿੰਨਾ ਅਰਸਾ ਹੋ ਗਿਆ ਸ਼ਾਦੀ? ਬੀਵੀ ਫੋਤ ਹੋ ਗਈ, 2 ਬੱਚੀਆਂ? 2 ਬੱਚੀਆਂ? ਹਾਂਜੀ। ਬੇਟਾ ਕੋਈ ਨਹੀਂ? ਬੇਟਾ ਕੋਈ ਨਹੀਂ? ਨਹੀਂ। ਕਿੰਨੀ ਉਮਰ ਹੈਗੀ ਬੱਚੀਆਂ? ਮੇਰੀ 50 ਸਾਲ ਉਮਰ ਹੈ। ਤੁਹਾਡੀ 50 ਸਾਲ? ਹਾਂਜੀ। ਬੱਚੀਆਂ ਕਿੰਨੀ ਕਿੰਨੀ ਉਮਰ ਦੀਆਂ? ਉਹ ਕਾਫੀ ਵੱਡੀਆਂ ਵੱਡੀਆਂ ਕਿੰਨੇ ਜੀ? ਕਿੰਨੀਆਂ ਕਿੰਨੀਆਂ? 10-12 ਸਾਲ ਦੀ। 10-12 ਸਾਲ? ਨਹੀਂ, ਐਗਜ਼ੈਕਟ ਉਮਰ ਦੱਸੋ ਨਾ, ਮਤਲਬ ਤੁਹਾਡੀ ਮਾਸ਼ਾਅੱਲਾ ਉਮਰ ਕਿੰਨੀ ਹੈ? 50 ਸਾਲ? ਮੇਰੀ 50 ਸਾਲ ਉਮਰ, ਐਡੀ ਐਡੀ ਬੱਚੀਆਂ ਨੇ, ਕੋਈ 9-10 ਸਾਲ ਦੀ ਹੋਵੇ, ਕਿੱਥੇ ਇੱਥੇ ਉਮਰ ਹੈਗੀ ਉਹਨਾਂ ਦੀ? ਕੀ ਨਾਂ? ਕੀ ਨਾਂ ਉਹਨਾਂ ਦੇ? ਇੱਕ ਦਾ ਨਾਂ ਆਇਸ਼ਾ ਹੈਗਾ, ਇੱਕ ਦਾ ਨਾਂ ਆਪਦਾ ਪ੍ਰਵੀਨ ਹੈ। ਇੱਕ ਦਾ ਨਾਂ ਆਇਸ਼ਾ, ਦੂਸਰੇ ਦਾ ਆਪਦਾ ਪ੍ਰਵੀਨ। ਆਪਦਾ ਪ੍ਰਵੀਨ, ਹਾਂਜੀ। ਤੇ ਸਕੂਲ ਪੜ੍ਹਾ ਰਹੇ ਉਹਨਾਂ ਨੂੰ? ਨਹੀਂ ਜੀ, ਐਵੇਂ ਝੂਠ ਬੋਲੀਏ ਚ ਨਹੀਂ। ਸਕੂਲ ਗਈਆਂ ਹੀ ਨਹੀਂ ਬਿਲਕੁਲ? ਨਹੀਂ ਨਹੀਂ। ਸਹੀ ਹੈ। ਤੇ ਕਿੰਨਾ ਅਰਸਾ ਹੋ ਗਿਆ ਬੇਬੀ ਫੋਤ ਹੋਈ ਨੂੰ? 10-12 ਸਾਲ ਹੋ ਗਏ। 10-12 ਸਾਲ? ਹਾਂਜੀ। 10-12 ਸਾਲ ਤੁਹਾਡੀ ਬੀਵੀ ਫੋਤ ਹੋਈ ਨੂੰ ਹੋ ਗਏ ਨੇ, ਤੇ 12 ਸਾਲ 8-9 ਸਾਲ ਦੀਆਂ ਤੁਹਾਡੀਆਂ ਬੱਚੀਆਂ ਨੇ, 10 ਸਾਲ ਦੀਆਂ? ਹਾਂਜੀ, ਛੋਟੀ ਇਸ ਸਾਲ ਦੇ ਇੱਥੇ ਹੈਗੀਆਂ ਨੇ ਬੱਚੀਆਂ, ਯਾਨੀ ਕਿ ਬੱਚੀ ਛੋਟੀ ਛੋਟੀ ਸਨ ਜਦੋਂ ਫੋਤ। ਸਿੱਧੀ ਗੱਲ ਦੱਸੋ, ਸਹੀ ਕਹਾਣੀ ਦੱਸੋ, ਜਦੋਂ ਅਗਰ ਤੁਸੀਂ ਸਹੀ ਗੱਲ ਦੱਸੋਗੇ ਨਾ, ਵੇਖਣ ਵਾਲੇ ਬੜੇ ਐਸੇ ਲੋਕ ਹੁੰਦੇ ਨੇ ਜਿਹੜੇ ਅਹਿਸਾਸ ਰੱਖਦੇ ਨੇ, ਠੀਕ ਹੈ। ਕਿੰਨੇ ਅਰਸੇ ਤੋਂ ਮੰਗ ਰਹੇ ਹੋ? ਯਾਨੀ ਕਿ 12 ਸਾਲ ਤੋਂ ਫੋਤ ਹੋ ਗਏ ਨੇ ਬੱਚੀਆਂ? 12 ਸਾਲ ਤੁਹਾਡੀ ਬੀਵੀ ਨੂੰ ਫੋਤ ਹੋਏ? ਹਾਂਜੀ। ਤੋਂ ਅੱਗੇ ਕਰੀਬਨ ਤੁਸੀਂ ਅੰਦਾਜ਼ਾ ਕਰੋ ਵੀ 8-9-10 ਸਾਲ ਹੀ ਹੋ ਗਏ ਨੇ ਉਹਨਾਂ ਦੀ ਉਮਰ, ਇੱਥੇ ਉਮਰ ਹੈਗੀ, ਹੋਰ ਕਿੰਨੀ ਕੁ ਹੋਣੀ ਉਹਨੇ ਬੱਚੀਆਂ ਦੀ? ਤੁਸੀਂ ਤੁਹਾਨੂੰ ਸਮਝ ਆ ਰਹੀ ਤੁਸੀਂ ਕੀ ਗੱਲ ਕਰ ਰਹੇ ਹੋ? ਅਸੀਂ ਮੈਂ ਦੱਸ, ਤੁਹਾਡੀ ਗੱਲ ਸਮਝਦਾ ਪਿਆ, ਤੁਹਾਡੀ ਗੱਲ ਦੀ ਸਮਝ ਨਹੀਂ ਆ ਰਹੀ। ਯਾਨੀ ਕਿ 12 ਸਾਲ ਮੇਰੀ ਬੀਵੀ ਨੂੰ ਫੋਤ ਹੋ ਗਏ ਨੇ,
ਠੀਕ ਹੈ ਜੀ। ਅੱਗੇ ਬੱਚਿਆਂ ਦੀ ਉਮਰ ਲਾ ਲਓ ਵੀ ਦਸ, ਉਹੀ 9-10 ਸਾਲ ਦੀ ਹੋ ਗਈ ਉਮਰ, ਯਾਨੀ ਕਿ 12 ਸਾਲ ਉਮਰ ਹੋ ਗਈ ਉਹਨਾਂ ਦੀ, ਛੋਟੀਆਂ ਛੋਟੀਆਂ ਬੱਚੀਆਂ ਨੇ ਉਹ। ਅੱਜ ਕੱਲ੍ਹ 12 ਸਾਲ ਪਹਿਲੇ ਅਗਰ ਬੀਬੀ ਫੋਤ ਹੋ ਜਾਵੇ ਨਾ, ਤੇ ਫੋਤ ਹੋਣ ਤੋਂ ਬਾਅਦ ਬੱਚੇ ਪੈਦਾ ਨਹੀਂ ਜੀ ਹੁੰਦੇ? ਨਹੀਂ ਨਹੀਂ, ਬੱਚੀਆਂ ਪਹਿਲੇ ਹੀ ਹੋਈਆਂ ਸਨ ਨਾ। ਬੱਚੀਆਂ ਅਗਰ ਪਹਿਲੇ ਹੋ ਗਈਆਂ ਸਨ ਤੇ ਫਿਰ ਉਹਨਾਂ ਦੀ ਉਮਰਾਂ ਜ਼ਿਆਦਾ ਨੇ? ਹਾਂ, ਉਮਰਾਂ ਜ਼ਿਆਦਾ ਨਹੀਂ ਹੋਈਆਂ, ਉਮਰ ਉਹਨਾਂ ਦੀ 2 ਸਾਲ ਮਰ ਗਈ ਬੀਬੀ। ਜਦੋਂ ਪੈਦਾ ਹੋਈਆਂ ਸੀ ਉਦੋਂ ਹੀ ਫੋਤ ਹੋ ਗਈ, ਉਸ ਤੋਂ ਬਾਅਦ ਮਰ ਗਏ ਨੇ? ਦਸਤੀ ਫੋਤ ਹੋ ਗਈ? ਹਾਂ ਜੀ, ਫੋਤ ਹੋ ਗਿਆ ਜੀ। ਬਸ ਫਾਲਜ ਫੁੱਲ ਹੋ ਜਾਏਗਾ ਸੀ ਉਹਨਾਂ ਨੂੰ, ਹਾਰਟ ਅਟੈਕ ਹੋਏ ਫਾਲਜ ਫੁੱਲ ਹੋ ਜਾਏਗਾ ਸੀ। ਹਾਰਟ ਅਟੈਕ ਫਾਲਜ ਫੁੱਲ ਜ? ਹਾਂ ਜੀ। ਤੁਹਾਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਖੁਦ ਕੀ ਕਹਾਣੀ ਬਿਆਨ ਕਰ ਰਹੇ ਹੋ? ਫਾਲਜ ਹੈਗਾ ਸੀ, ਉੱਥੋਂ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ, ਉੱਥੋਂ ਮਰ ਗਏ, ਬਸ ਇਹ ਗੱਲ ਜੀ। ਇਸੇ ਹਸਪਤਾਲ 'ਚ ਇਲਾਜ ਕਰਾਇਆ ਉਹਨਾਂ ਦਾ? ਨਹੀਂ ਜੀ, ਕੋਈ ਨਹੀਂ ਕਰਾਇਆ। ਮੈਂ ਡਾਕਟਰਾਂ ਨਿੱਕੇ ਮੁੱਠਿਆਂ ਦੇ, ਮਜ਼ਦੂਰੀ ਹੁੰਦੀ ਨਹੀਂ ਸੀ ਤਾਂ ਕੀ ਕਰਦਾ ਡਾਕਟਰ ਨਿੱਕੇ ਮੁੱਠਿਆਂ ਨੂੰ, ਉਹਨੇ ਕਿਹਾ ਜੀ ਠੀਕ ਹੋ ਜਾਏਗੀ, ਹੋ ਜਾਏ, ਬਸ ਅੱਲਾਂ ਦੇ ਪਿਆਰੇ ਹੋ ਗਏ, ਇਹ ਗੱਲ ਹੈ ਜੀ। ਨਾਜ਼ਰੀਨ, ਮੈਨੂੰ ਸਮਝ ਨਹੀਂ ਆ ਰਹੀ ਬਜ਼ੁਰਗੋਂ ਕੀ ਕਹਾਣੀ। ਮੈਂ ਬੇਸਿਕਲੀ ਇਨਕੇ ਪਾਸ ਬੈਠਾ ਥਾ ਕਿ ਅਗਰ ਇਹ ਮੁਸਤਹਿਕ ਹੈ, ਇਹ ਬਜ਼ੁਰਗੀ ਕੀ ਉਮਰ ਮੇਂ ਹੈ, ਸਫੈਦ ਦਾੜੀ ਹੈ, ਸਫੈਦ ਬਾਲ ਹੈ, ਔਰ ਸਫੈਦ ਬਾਲੋਂ ਕਾ ਹਯਾ ਅੱਲਾ ਵੀ ਕਰਤਾ ਹੈ, ਔਰ ਇਹ ਰੋਡ ਪੇ ਬੈਠੇ ਹੋਏ ਇੱਥੇ ਫੁੱਟਪਾਥ ਪੇ। ਮੇਰਾ ਮੋਸਟਲੀ ਹੋਤਾ ਹੈ ਕਿ ਗੁਜ਼ਰਤੇ ਹੋਏ ਅਗਰ ਇਸ ਤਰ੍ਹਾਂ ਕਾ ਕੋਈ ਸ਼ਖਸ ਮੁਝੇ ਮਿਲੇ ਤੋ ਮੈਂ ਉਸਕੀ ਸਟੋਰੀ ਜ਼ਰੂਰ ਕਵਰ ਕਰਤਾ ਹੂੰ, ਕਿ ਇਸ ਤਰ੍ਹਾਂ ਕੇ ਬੰਦੇ ਕੀ ਯਾਰ ਅਗਰ ਕੋਈ ਹੈਲਪ ਹੋ ਜਾਏ, ਕੋਈ ਇਸਕੋ ਕੋਈ ਕਾਮ ਮਿਲ ਜਾਏ, ਤੋ ਉਹ ਆਪਣਾ ਇੱਜ਼ਤ ਸੇ ਆਪਣੀ ਜ਼ਿੰਦਗੀ ਗੁਜ਼ਾਰੇ। ਕਿਉਂਕਿ ਅਗਰ ਸਾਰੀ ਜ਼ਿੰਦਗੀ ਅਗਰ ਵਾਕਈ ਇਸਨੇ ਮਜ਼ਦੂਰੀ ਕੀ ਹੋਤੀ ਕੀ ਹੈ, ਤੋ ਖੈਰ ਹਾਥੋਂ ਪੇ ਤੋ ਇਨਕੇ ਛਾਲੇ ਹੈ, ਮਤਲਬ ਜੋ ਮਜ਼ਦੂਰੀ ਵਾਲੇ ਪੱਕੇ ਹੋਏ ਚੰਡੀਆਂ ਜਿਸਕੋ ਬੋਲਤੇ ਹੈਂ। ਬਜ਼ੁਰਗੋ, ਮੈਨੂੰ ਫਿਰ ਤੁਹਾਡੀ ਗੱਲ ਦੀ ਫਿਰ ਸਮਝ ਨਹੀਂ ਆ ਰਹੀ, ਜਾਂ ਤਾਂ ਤੁਸੀਂ ਸਿੱਧੀ ਮੈਨੂੰ ਗੱਲ ਦੱਸੋ ਅਸਲ ਕਹਾਣੀ ਕੀ, ਇਹ ਬੱਚੇ ਕਿੰਨੇ ਨੇ? ਸਾਹਿਬ ਜੀ, ਮੇਰੇ 2 ਬੱਚੀਆਂ ਨੇ, ਮਾਂ ਉਹਨਾਂ ਦੀ ਯਾਨੀ 12 ਸਾਲ ਹੋ ਗਏ ਨੇ ਫੋਤ ਹੋਈ ਨੂੰ। ਬੱਚੀਆਂ ਤਾਂ ਜ਼ਾਹਿਰੀ ਗੱਲ ਪਹਿਲਾਂ ਹੀ ਪੈਦਾ ਹੋਈਆਂ ਨੇ, ਬਾਅਦ 'ਚ ਮਾਂ ਫੋਤ ਹੋ ਗਈ, ਉਸ ਤੋਂ ਬਾਅਦ ਉਹ ਆਹਿਸਤਾ ਆਹਿਸਤਾ ਵੱਡੀਆਂ ਹੁੰਦੀਆਂ ਗਈਆਂ ਨੇ। ਪਹਿਲੀ ਬੱਚੀ ਕਿੰਨੀ ਉਮਰ ਸੀ ਜਦੋਂ ਮਾਂ ਫੋਤ ਹੋਈ? ਉਹਦੀ ਤਕਰੀਬਨ 2 ਸਾਲ ਸੀ ਪਹਿਲੀ ਬੱਚੀ। ਹਾਂਜੀ, ਦੂਸਰੀ ਜਿਹੜੀ ਸੀ ਉਹਦੀ ਤਕਰੀਬਨ ਕੋਈ ਹੋਈ ਹੈ, ਯਾਨੀ ਕਿ 2 ਸਾਲ ਤੋਂ ਉਹਦੀ ਕੋਈ ਪਹਿਲੇ ਸਾਲ ਹੋਈ ਸੀ ਉਹ, ਯਾਨੀ ਕਿ 1 ਸਾਲ ਤੋਂ ਹੋਈ, 2 ਸਾਲ ਹੋ ਗਏ ਇੱਥੇ 12 ਸਾਲ ਦੀ ਉਮਰ ਵਿੱਚ। ਔਰ ਸਹੀ ਗੱਲ ਨਹੀਂ ਦੱਸ, ਮੈਨੂੰ ਇਹੀ ਅੰਦਾਜ਼ਾ ਹੈਗਾ, ਮੈਂ ਕਿਸ ਤਰ੍ਹਾਂ ਕਰਾਂ ਜੀ ਗੱਲ, ਜਿੰਨਾ ਮੇਰਾ ਅੰਦਾਜ਼ਾ ਮੈਂ ਉਸ ਤਰ੍ਹਾਂ ਹੀ ਗੱਲ ਕਰਨੀ। ਪੜ੍ਹੇ ਲਿਖੇ ਹੋ? ਨਹੀਂ ਜੀ, ਪੜ੍ਹਿਆ ਮੈਂ ਕੋਈ ਨਹੀਂ। ਸਕੂਲ ਗਏ ਹੀ ਨਹੀਂ? ਨਾ ਜੀ, ਕੋਈ ਸਕੂਲ ਨਹੀਂ ਗਿਆ। ਭੈਣਾ ਭਰਾ ਨਹੀਂ ਹੈਗੇ? ਭੈਣਾ ਭਰਾ ਵੀ ਹੈ ਨੇ, ਸਾਡੀ ਮਦਦ ਨਹੀਂ ਕਰਦੇ ਉਹ। ਕੌਣ ਹੁੰਦੇ ਹੋ ਕੌਮ ਦੇ? ਸ਼ੇਖ। ਸ਼ੇਖ? ਹਾਂਜੀ। ਭੈਣਾ ਭਰਾ ਅਮੀਰ ਨੇ ਗਰੀਬ ਨੇ? ਗਰੀਬ ਨੇ, ਉਹ ਵੀ ਗਰੀਬ ਨੇ, ਆਪਣੀ ਮਜ਼ਦੂਰੀ ਕਰਕੇ ਕੀ ਕੰਮ ਕਰਦੇ ਨੇ? ਉਹ ਕੀ ਰੋੜੀਆਂ ਛੋੜੀਆਂ ਕੁੱਟਦੇ ਨੇ। ਕਿੰਨੇ ਭਰਾ ਹੋ ਤੁਸੀਂ? ਤ੍ਰੈ। ਤ੍ਰੈ ਭਰਾ? ਹਾਂਜੀ। ਮੈਂ ਬੁੱਢਾ ਹੋ ਗਿਆ, ਮੈਂ ਕੀ ਕਰਨਾ? ਲਾਹੌਰ ਚ ਕਿਰਾਏ ਤੇ ਮਕਾਨ। ਕਿਹੜੇ ਪਿੰਡ ਦੇ? 112 ਥਾਣਾ ਕਸੋਵਾਲ। 112 ਥਾਣਾ ਕਸੋਵਾਲ, ਤਸੀ ਕਸੋਵਾਲ ਦੇ? ਹਾਂਜੀ, ਸਹੀ ਹੋ ਗਿਆ। ਇਹ ਹੈ ਜੀ ਕਹਾਣੀ ਇਨਕੀ। ਰੋਡ ਪੇ ਗੁਜ਼ਰਤੇ ਲੋਕ ਅਹਿਸਾਸ ਕੀ ਵਜ੍ਹਾ ਸੇ ਹਮ ਲੋਕ ਇਨਕੇ ਪਾਸ ਬੈਠ ਜਾਤੇ ਹੈ, ਇਨਕਾ ਹਾਲ ਹਵਾਲ ਕਰਤੇ ਹੈ, ਔਰ ਆਪਕੇ ਸਾਥ ਸ਼ੇਅਰ ਕਰਨੇ ਕੀ ਕੋਸ਼ਿਸ਼ ਕਰਤੇ ਹੈ। ਤੋ ਇਹ ਹੈ ਜੀ ਹਾਲਤ ਬਾਬਾ ਜੀ ਕੀ। ਬਾਬਾ ਜੀ ਕਹਤੇ ਮੇਰੀ 2 ਬੇਟੀਆਂ ਹੈ, ਔਰ ਬਾਬਾ ਜੀ ਬੱਚੀਆਂ ਪੜ੍ਹੀਆਂ ਨਹੀਂ? ਨਹੀਂ ਪੜ੍ਹੀ, ਬਿਲਕੁਲ ਹੀ, ਬਿਲਕੁਲ ਨਹੀਂ ਪੜ੍ਹੀ। ਪੜ੍ਹਾਇਆ ਕਿਉਂ ਨਹੀਂ ਜੀ? ਬਸ ਕੀ ਕਰੀਏ, ਸਰਕਾਰੀ ਸਕੂਲੇ ਪੜ੍ਹਾ ਲੈਂਦੇ? ਸਰਕਾਰੀ ਸਕੂਲੇ ਗੁਜ਼ਾਇਸ਼ ਹੀ ਕੋਈ ਨਹੀਂ ਗੀ, ਵਰਦੀਆਂ ਕਿੱਥੋਂ ਲਵਾਂ ਮੈਂ, ਕੀ ਕਿੱਥੋਂ ਕਾਪੀਆਂ ਕਿੱਥੋਂ ਲਵਾਂ, ਕਾਪੀਆਂ ਮੰਗੀਆਂ ਨੇ ਸਾਰੀ ਜ਼ਿੰਦਗੀ, ਐਵੇਂ ਕੱਢ, ਐਵੇਂ ਗੁਜ਼ਾਰੀ। ਹੁਣ ਘਰ ਦੇ ਵਿੱਚ ਕੀ ਸਿਚੁਏਸ਼ਨ ਹੁੰਦੀ ਹੈ? ਹਾਂਡੀ ਰੋਟੀ ਸਹੀ ਪੱਕ ਰਹੇ? ਹਾਂਡੀ ਰੋਟੀ ਸਹੀ ਨਹੀਂ ਪੱਕਦਾ, ਹੁਣ ਕੋਈ ਦੇ ਜਾਵੇ, ਕਿਰਾਇਆ 'ਤੇ ਰਹਿੰਦੇ, ਕਿਰਾਇਆ ਭਰੀਦਾ, ਕਿਰਾਇਆ ਪੂਰਾ ਕਰੀਏ, ਰੋਟੀ ਪੂਰੀ ਕਰੀਏ, ਕਿਸੇ ਨੇ ਲੱਭ ਗਿਆ, ਕਿਸੇ ਨੇ ਖਾ ਲਿਆ, ਕਿਸੇ ਨੇ ਨਾ ਲੱਭਿਆ,
ਇਸ ਤਰ੍ਹਾਂ ਜਿਵੇਂ ਸਾਈਡ ਤੇ ਤੁਸੀਂ ਬੈਠੇ ਹੋ ਇਸ ਰੋਡ ਦੇ ਉੱਤੇ, ਐਵੇਂ ਲੰਘਦੇ ਆ ਲੋਕ ਰੁਕਦੇ ਨੇ ਕੁਛ ਦੇਣ ਵਾਸਤੇ? ਹਾਂਜੀ ਦੇ ਜਾਂਦੇ ਨੇ ਕੁਛ। ਕਿੰਨੀ ਕੁ ਦਿਹਾੜੀ ਲੱਗ ਜਾਂਦੀ? ਹਾਂਜੀ 500-700 ਰੁਪਏ ਬਣ ਜਾਂਦਾ। ਹਾਂਜੀ 20 ਦੇ ਕੇ, 10 ਦੇ ਕੇ, 50 ਦੇ ਕੇ, 100। ਪੈਦਲ ਲੰਘਣ ਵਾਲੇ ਦਿੰਦੇ ਨੇ, ਗੱਡੀਆਂ ਵਾਲੇ ਰੋਕਦੇ ਨੇ? ਪੈਦਲ ਲੰਘਣ ਵਾਲੇ ਵੀ ਆ, ਗੱਡੀਆਂ ਲਈ, ਮੋਟਰਸਾਈਕਲ ਵਾਲੇ, ਇਸ ਤਰ੍ਹਾਂ ਜਿਵੇਂ ਤੁਸੀਂ ਹੈਗੇ। ਹੱਥ ਕਰਦੇ ਹੋ ਜਾਂ ਬਸ ਐਵੇਂ ਬੈਠੇ ਰਹਿੰਦੇ? ਨਹੀਂ ਹੱਥ ਵੀ ਨਹੀਂ ਕਰਦੇ, ਹੱਥ ਨਹੀਂ ਫਲਾਉਂਦੇ? ਨਹੀਂ। ਮੁਰਗੀ ਦਾ ਕੰਡਾ ਕੁੰਡਾ ਵੀ ਲੈਣਾ ਪਵੇਗਾ। ਕੋਈ ਮੁਰਗੀਆਂ ਛੁਰਗੀਆਂ ਕੋਈ 10, ਯਾਨੀ ਕੋਈ ਮਣਕ ਹੋ ਜਾਣ 30 ਕਿਲੋ 40 ਕਿਲੋ ਹੋ ਜਾਣ, ਉਹ ਮੇਰੇ ਪਤਾ ਕੀ ਹਿਸਾਬ ਹੈਗਾ ਉਹਨਾਂ ਤੋਂ ਪੁੱਛਣਾ ਪਏਗਾ। ਮਜ਼ਦੂਰੀ ਕੀ ਹੈ, ਬੱਚੀਆਂ ਦੋ ਇਨਕੀ, ਔਰ ਯੇ ਚਾਹਤੇ ਹੈ ਕਿ ਜਨਾਬ ਰੋਡ ਤੇ ਬੈਠਤੇ ਹੈ, ਹਾਥ ਨਹੀਂ ਫੈਲਾਤੇ ਕਿਸੀ ਕੇ ਸਾਹਮਣੇ, ਐਸੇ ਹੀ ਬੈਠੇ ਹੋਤੇ ਹੈ, ਅਗਰ ਕੋਈ ਗੁਜ਼ਰਤਾ ਹੈ ਤੋ ਦੇ ਜਾਤਾ ਹੈ, ਠੀਕ ਹੈ, ਅਗਰ ਦੇਖਣੇ ਵਾਲਾ ਕੋਈ ਦੋਸਤ, ਕੋਈ ਛੋਟਾ ਮੋਟਾ ਇਨਕੋ ਕਾਰੋਬਾਰ ਕਰਵਾ ਕੇ ਦੇਣਾ ਚਾਹਤਾ ਹੋ ਤੋ ਹਮਾਰੇ ਸਾਥ ਰਾਬਤਾ ਕਰ ਸਕਤੇ ਹੈ।